गया अपने घरे बैठी हुई सी, ठीक है। और तो 6 महीने पहले साड़ी लड़ाई हुई सी, ये बोल चाल माड़ा मोटा होया सी प्लाट तो, ठीक है। अज वो मेरे नाल किदा नाम है घरे आन के मेरे मैनू करवा के उन्होंने खिंच के मेरे नाल थोड़ा बहुत पहले बोलिया, बोल के मैनू मारिया वा, ठीक है। मोना नाम की लड़की ने और हरप्रीत कौर ने ते गुरमीत कौर ने जिहड़ी इस टाइम ते गुरु रामदास हॉस्पिटल च जॉब करदी पई आ, ठीक है। उन्होंने मैनू मार के जलील करके साडी गली मल्ले दे विच मेरे खपड़े फाड़ के, ठीक है, मेरे नाल बाद च मैनू धमकियां दित्तियां है कि मैं जाके किदा नाम आ आई जी साहब नाल साडी बहुत चलदी हैगी आ, मैं उन्हां नाल उन्हां को कुछ भी करवा सकदी आ, तेरे भरा नूं भी फसा सकदी आ, ਸਾਡੇ ਤੋਂ ਕੋਈ ਕੇਸ ਵੀ ਪਵਾ ਸਕਦੀ ਆ, ਠੀਕ ਹੈ, ਮੈਂ ਤੇਰਾ ਘਰ ਵੀ ਜਾ ਸਕਦੀ ਆ। ਉਹਨੇ ਇੰਨਾ ਕੁਛ ਮੈਨੂੰ ਬੋਲਿਆ, ਬੋਲ ਕੇ ਉਹਨਾਂ ਨੇ ਬਾਅਦ ਵਿੱਚ ਬੰਦੇ ਬੁਲਾਏ ਆ, ਠੀਕ ਹੈ, ਜਿਹੜਾ ਜਿਹਦਾ ਨਾਮ ਹੈਗਾ ਸੋਨੂੰ, ਉਹਨੂੰ ਹਰਪਾਲ ਬੋਲਦੇ ਆ, ਗੁਰੂ ਰਾਮਦਾਸ ਹੋਸਪਿਟਲ 'ਚ ਉਹ ਜੋਬ ਕਰਦਾ ਹੈ, ਠੀਕ ਹੈ। ਬਾਅਦ 'ਚੋਂ ਵਰਿੰਦਰ ਨਾਮ ਦਾ ਲੜਕਾ ਆ ਕੇ ਮੇਰੇ ਹੱਥੀ ਪਿਆ ਹੈ, ਮੇਰੇ ਫਾਦਰ ਸਾਹਿਬ ਨੂੰ ਬਹੁਤ ਮਾਰਿਆ ਹੈ, ਮੈਨੂੰ ਬਹੁਤ ਮਾਰਿਆ ਹੈ, ਮੇਰੇ ਕੱਪੜੇ ਫਾੜੇ ਆ, ਠੀਕ ਹੈ। ਮੈਂ ਉੱਪਰੋਂ ਥਾਣੇ ਗਈ ਹਾਂ, ਐਸ ਐਚ ਓ ਸਾਹਿਬ ਨੇ ਮੇਰੀ ਕੋਈ ਵੀ ਕੁੜੀ ਰਾਜਿੰਦਰ ਕੌਰ ਨੇ, ਠੀਕ ਆ, ਮੇਰੇ ਨਾਲ ਇੰਨਾ ਕੁ ਬਾੜਾ ਬੋਲੀ ਹੈ, ਗਲਤ ਨੀਸ ਕਿਤੇ ਡਰ ਵਾ ਕਿ ਜਿਹਦੇ ਮੈਂ ਬੋਲ ਨੀ ਸਕਦੀ ਜੀ। ਤੇ ਉੱਪਰੋਂ ਮੈਨੂੰ ਕਹਿੰਦੀ ਹੈ ਕਿ ਮੈਂ ਕਿਦਾਂ ਮੈਂ ਤੇਰੇ ਤੇ ਮੈਂ ਪਰਚਾ ਕਰ ਦੂੰਗੀ। ਅੱਜ 11 ਦਿਨ ਹੋ ਗਿਆ, 30 ਤਰੀਕ ਦੀ ਗੱਲ ਦਾ ਕੋਈ ਇਨਸਾਫ਼ ਨੀ ਮਿਲ ਰਿਹਾ ਮੈਨੂੰ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਮੈਂ ਇਹੀ ਮੰਗ ਕਰਦੀ ਕਿ ਉਹਨਾਂ ਨਾਲ ਜਿਹੜੇ ਉਹਨਾਂ ਨੇ ਮੇਰੇ ਹੱਥੀਂ ਆਣ ਕੇ ਮੁੰਡੇ ਪੁਆਏ ਆ ਨਾ, ਮੈਨੂੰ ਮਾਰਿਆ, ਇੰਨਾ ਜਲੀਲ ਕੀਤਾ, ਮੈਨੂੰ ਇਨਸਾਫ਼ ਚਾਹੀਦਾ ਵਾ। ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਆ ਕਿ ਜਿਹੜਾ ਉਹ ਮੇਰੇ ਨਾਲ ਇੰਨਾ ਕੁਛ ਕਰ ਰਹੇ ਆ ਨਾ, ਉਹ ਮੈਨੂੰ ਧਮਕੀਆਂ ਦੇ ਰਹੇ ਆ, ਪਿਸਤੌਲਾਂ ਦੀਆਂ, ਅਸੀਂ ਆਈ ਜੀ ਕੋ ਆਹ ਕਰਾ ਦਾਂਗੇ। ਆਈ ਜੀ ਸਾਹਿਬ ਇਹ ਨਹੀਂ ਕਹਿੰਦੇ ਕਿ ਅਸੀਂ ਇੱਦਾਂ ਕਰ ਦਾਂਗੇ ਉੱਦਾਂ ਕਰ ਦਾਂਗੇ, ਉਹ ਕਹਿੰਦੇ ਜੇ ਮੈਨੂੰ 5 ਦਿਨਾਂ ਤੱਕ ਇਨਸਾਫ਼ ਨਾ ਮਿਲਿਆ ਤੇ ਮੈਂ ਸਾਡੇ ਥਾਣੇ ਦੇ ਅੱਗੇ ਖੁਦ ਸੁਸਾਈਡ ਕਰੂੰਗੀ ਤੇ ਮੈਂ ਇਹਨਾਂ ਦੇ ਉੱਤੇ ਪਾਉਂਗੀ ਕਿ ਮੇਰੇ ਨਾਲ ਇਨਸਾਫ਼ ਨਹੀਂ ਹੋਇਆ, ਠੀਕ ਹੈ। ਮੈਨੂੰ 5 ਦਿਨ ਤੱਕ ਇਨਸਾਫ਼ ਚਾਹੀਦਾ ਹੈ, ਠੀਕ ਹੈ। ਸਾਡੇ ਕੋਲ ਅੱਜ ਲੇਡੀਜ਼ ਛੇੜੇ ਦੇ ਰਹਿਣ ਵਾਲੇ ਆ, ਆਏ ਤੇ ਇਹਨਾਂ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ, ਜਿਸ ਵਿੱਚ ਇਹਨਾਂ ਦੱਸਿਆ ਕਿ 12 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਕੋਲ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਮੌਕੇ ਦੀ CCTV ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਿਵੇਂ ਗੁੰਡਿਆਂ ਵੱਲੋਂ ਜਿਹੜੇ ਲੜਕੇ ਇਹਨਾਂ ਨੂੰ ਆਏ ਮਾਰ ਕੁੱਟ ਰਹੇ ਸੀ, ਇਹਨਾਂ ਨੂੰ ਵਾਲਾਂ ਤੋਂ ਫੜ ਕੇ ਖਿੱਚ ਤੂੰ ਕਰ ਰਹੇ, ਇਹਨਾਂ ਨੂੰ ਕੁੱਟ ਰਹੇ ਆ, ਇਹਨਾਂ ਦੇ ਪਿਤਾ ਜੀ ਨੂੰ ਮਾਰ ਰਹੇ ਆ। ਬੜੀ ਸ਼ਰਮ ਵਾਲੀ ਗੱਲ ਆ, 12 ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਅਸੀਂ ਏਸੀਪੀ ਸਾਹਿਬ ਨੂੰ ਮਿਲੇ, ਦੇਵਦੱਤ ਵੀ ਮਿਲੇ ਆ, ਇਹਨਾਂ ਆਸ਼ਵਾਸਨ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਛਿਆਡਾ ਮੁੱਖ ਰੂਪ ਦੇ ਵਿੱਚ ਗੁੰਡਿਆਂ ਦਾ ਅੱਡਾ ਬਣਦਾ ਜਾ ਰਿਹਾ ਹੈ, ਬਾਰ ਬਾਰ ਛਿਆਡੇ ਵਿੱਚ ਗੋਲੀਆਂ ਚੱਲਣਾ ਤੇ ਗੈਂਗਸਟਰ ਬਾਹਰ ਹੋਣਾ ਤੇ ਲੋਕਾਂ ਦੇ ਘਰਾਂ 'ਚ ਆ ਕੇ ਗੁੰਡਾਗਰਦੀ ਕਰਨੀ, ਇਹ ਮੁੱਖ ਰੂਪ 'ਚ ਸ਼ਾਮਿਲ ਹੋ ਚੁੱਕਿਆ ਹੈ। ਇਹ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ, ਇਸ ਦੇ ਲਈ ਸਾਨੂੰ ਜਿਹੜਾ ਵੀ ਕਦਮ ਉਠਾਉਣਾ ਪਵੇ ਉਠਾਇਆ ਜਾਏਗਾ। ਨਵੇਂ SHO ਸਾਹਿਬ ਆਏ ਨੇ, ਉਹਨਾਂ ਆਸ਼ਵਾਸਨ ਦਿੱਤਾ ਹੈ ਕਿ ਜਲਦੀ ਹੀ ਛਿਆਡੇ ਦੇ ਵਿੱਚ ਗੁੰਡਾਗਰਦੀ ਖਤਮ ਕੀਤੀ ਜਾਏਗੀ। ਜੇ ਸਾਡੇ ਪੀੜਤਾਂ ਨੂੰ ਜਲਦੀ ਇਨਸਾਫ਼ ਨਾ ਮਿਲਿਆ ਤੇ ਬਹੁਤ ਜਲਦੀ ਹੀ ਆਪਾਂ ਥਾਣੇ ਦਾ ਘਿਰਾਓ ਕਰਾਂਗੇ ਤੇ ਜਾਂ ਜੋ ਵੀ ਜਿਹੜੇ ਗੁੰਡਾ ਟੱਤੇ ਹੋਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਬਕ ਸਿਖਾਇਆ ਜਾਏ। ਇਹ ਹੁਣੀ ਇੱਥੇ ਡੈਪੂਟੇਸ਼ਨ ਮਿਲਿਆ ਸੀ, ਉਹਨਾਂ ਨੇ ਦਰਖਾਸਤ ਦਿੱਤੀ ਸੀ ਇੱਕ, ਤੇ ਉਹਦੇ ਬਾਰੇ ਵੈਰੀਫਾਈ ਕਰ ਰਹੇ ਹਾਂ ਜੀ ਸਾਰੀ ਗੱਲ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰੀਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਧਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਿਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 98 729 014 31।